ਨਕੋਦਰ ਵਿਖੇ ਆਪਣਾ ਪੰਜਾਬ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਤਾਰ ਸਿੰਘ ਚੰਦੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਾਰਟੀ ਵੱਲੋਂ ਨਕੋਦਰ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਕਲੇਰ ਅਤੇ ਸ਼ਾਹਕੋਟ ਹਲਕੇ ਤੋਂ ਹਰਸ਼ਦੀਪ ਚੰਦੀ ਵੀ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਆਪਣਾ ਪੰਜਾਬ ਪਾਰਟੀ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਦੋਂ ਕਿ 30 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਨ 'ਤੇ ਗੁੰਡਾ ਅਨਸਰਾਂ ਨੂੰ ਨਕੇਲ ਪਾਈ ਜਾਵੇਗੀ ਅਤੇ ਲੜਕੀਆਂ ਨੂੰ ਉੱਚ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਜਾਵੇਗਾ। ਇਸ ਮੌਕੇ ਨਕੋਦਰ ਉਮੀਦਵਾਰ ਗੁਰਮੇਲ ਸਿੰਘ ਕਲੇਰ ਅਤੇ ਹਰਸ਼ਦੀਪ ਚੰਦੀ ਨੇ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ ਧੰਨਵਾਦ ਕੀਤਾ। ਕੁਛ ਲੋਕਾਂ ਦੇ ਵਿੱਚੋਂ ਜਿਹਨਾਂ ਨੂੰ ਸੀਟਾਂ ਕੋਈ ਜ਼ਿਆਦਾ ਵੀ ਦਿੱਤੀਆਂ ਜਾਣ, ਕਿਉਂਕਿ ਸਾਰੇ ਲੋਕ ਕਰੀ ਜਾਂਦੇ ਆ, ਕੋਈ ਵੱਖਰੀਆਂ ਪਾਰਟੀਆਂ, ਜਿਹੜੇ ਦੂਜੇ ਲੋਕ ਆ ਉਹ ਕੋਈ 50 CM ਦਾ ਨਾਰਾ ਲਾਈ ਜਾਂਦਾ ਵੀ ਇਹ ਕਿਹੜੀਆਂ ਜਾਤੀਆਂ 'ਚੋਂ ਬਣਾਉਣਾ ਜੀ ਕੋਈ, ਪਰ ਸਾਡਾ ਇਹ ਪਾਰਟੀ ਦਾ ਹੋਰ ਵੀ ਜਿਹੜੀਆਂ ਇਹ ਟਿਕਟਾਂ ਦੇ ਰਹੇ, ਜਿੱਥੇ ਰਿਜ਼ਰਵ ਸੀਟ ਆ ਉੱਥੇ ਸੀਟ ਹਰ ਹਾਲਤ 'ਚ ਇਹਨਾਂ ਦੀ ਬਣਦੀ ਬਣਦੀ ਹੈ, ਲੇਕਿਨ ਅਸੀਂ ਜਨਰਲ ਸੀਟਾਂ ਦੇ ਉੱਤੇ ਵੀ ਬਹੁਤ ਸਾਰੀਆਂ ਸੀਟਾਂ 'ਤੇ ਅਸੀਂ ਪਾਰਟੀ ਨੇ ਫੈਸਲਾ ਕੀਤਾ ਕਿ ਜੇ ਸਾਨੂੰ ਵਧੀਆ ਕੈਂਡੀਡੇਟ ਮਿਲ ਗਏ ਜਿੱਥੇ ਇਹਨਾਂ ਦੀ ਕਮਿਊਨਿਟੀ ਦੀ ਗਿਣਤੀ ਜ਼ਿਆਦਾ ਹੈ ਜਾਂ ਜਿੱਥੇ ਕੋਈ ਜਨਰਲ ਸੀਟ ਹੈਗੀ ਆ ਪਰ SC ਬੰਦਾ ਉੱਥੇ ਬਿਲਕੁਲ ਸਿਰ ਕੱਢਿਆ ਔਰ ਲੋਕਾਂ ਦੇ ਵਿੱਚ ਫੇਮਸ ਆ, ਅਸੀਂ ਹਮੇਸ਼ਾ ਵਾਸਤੇ ਇਹ ਨਹੀਂ ਦੇਖਾਂਗੇ ਕਿ ਜਨਰਲ ਸੀਟ ਹੈ ਇੱਥੋਂ ਜਨਰਲ ਬੰਦਾ ਹੀ ਲਿਆਂਦਾ ਜਾਵੇ, ਇਸ ਕਰਕੇ ਉੱਥੇ ਜੋ SC ਕਮਿਊਨਿਟੀ ਦਾ ਬੰਦਾ ਵੀ ਆਉਂਦਾ ਹੈ ਅਸੀਂ ਪਹਿਲ ਦੇ ਆਧਾਰ 'ਤੇ ਜਿੱਦਾਂ ਨਕੋਦਰ ਵਿੱਚ ਕੀਤਾ ਪੰਜਾਬ ਵਿੱਚ ਵੀ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਹੈ। ਰਹਿ ਗਈ ਗੱਲ ਆਪਣਾ ਪੰਜਾਬ ਪਾਰਟੀ ਦੀ, ਅਸੀਂ ਲੋਕਾਂ ਵਿੱਚ ਪਾਰਟੀ ਬਣਾਈ ਨੂੰ ਬੇਸ਼ੱਕ ਥੋੜ੍ਹੇ ਦਿਨ ਹੋਏ ਆ, ਲੇਕਿਨ ਸਾਡੇ ਜਿਹੜੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਆ ਜੋ ਪਾਰਟੀ ਦੇ ਇੰਚਾਰਜ ਆ ਪਾਰਟੀ ਦੇ ਪ੍ਰਧਾਨ ਆ, ਸਾਰੀ ਉਮਰ ਜਿਹੜਾ ਉਹਨਾਂ ਦਾ ਰਾਜਨੀਤਿਕ ਕੈਰੀਅਰ ਬਹੁਤ ਲੰਬਾ, ਉਹਨਾਂ ਨੇ ਇਲੈਕਸ਼ਨਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੀ ਲੜੀਆਂ ਔਰ ਜਿੱਤੀਆਂ, ਮੰਤਰੀ ਵੀ ਰਹੇ, ਬਰਨਾਲਾ ਸਰਕਾਰ ਵਾਲੇ ਵੀ ਉਹ ਮੰਤਰੀ ਰਹੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦਾ ਜਿਨ੍ਹਾਂ ਨੇ ਇਸ ਪਾਰਟੀ ਨੂੰ ਆਪਣਾ ਪੰਜਾਬ ਪਾਰਟੀਆਂ ਤੱਕ ਪਹੁੰਚਾਉਣ ਵਾਲਾ, ਬੱਚਿਆਂ ਨੂੰ ਵਧੀਆ ਪਾਸੇ ਲਾਉਣ ਵਾਲਾ ਅਤੇ ਇੱਕ ਇਮਾਨਦਾਰ ਬੰਦਾ GS ਕਲੇਰ, ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਈ ਸੁਣ ਕੇ ਜਦੋਂ ਛੋਟੇਪੁਰ ਸਾਹਿਬ ਨੇ ਇਹ ਸਰਵਾ ਕਰਾਇਆ ਵੀ ਕਲੇਰ ਜੀ ਤੁਹਾਡਾ ਨਾਮ ਬਹੁਤ ਵਧੀਆ ਇਸ ਇਲਾਕੇ ਵਿੱਚ ਆ ਰਿਹਾ ਵਾ ਅਤੇ ਤੁਹਾਨੂੰ ਘਰ ਘਰ ਲੋਕ ਚਾਹੁੰਦੇ ਆ, ਤੁਹਾਡੇ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਬਾਹਰਲੀ ਕੰਟਰੀ ਵਿੱਚ ਵੀ ਲੈ ਕੇ ਜਾਂਦੇ ਹੋ ਅਤੇ ਤੁਸੀਂ ਇੱਥੇ ਵੀ ਵਧੀਆ ਸਪੋਰਟਸ ਵਿੱਚ ਤੁਸੀਂ ਲਾਏ ਆ ਅਤੇ ਤੁਹਾਨੂੰ ਤਾਂ ਪੰਜਾਬ ਵਿੱਚ ਤੁਹਾਡੀ ਪੂਰੀ ਜਾਣ ਪਹਿਚਾਣ ਆ, ਕਿਤੇ ਵੀ ਟੈਂਟ 'ਤੇ ਤੁਹਾਨੂੰ ਖੜਾ ਕਰ ਲਈਏ ਤੁਸੀਂ ਜ਼ਰੂਰ ਜਿੱਤੂਗੇ। ਅਤੇ ਮੈਨੂੰ ਇਹ ਗੱਲ ਸੁਣ ਕੇ ਚੰਦੀ ਸਾਹਿਬ ਮੇਰੇ ਨਾਲ ਹੀ ਸੀ ਚੰਡੀਗੜ੍ਹ, ਬੜੀ ਖੁਸ਼ੀ ਹੋਈ ਕਿ ਮੈਨੂੰ ਬਹੁਤ ਜ਼ਿਆਦਾ ਮਾਣ ਮੇਰੇ ਹਲਕੇ ਨੇ ਦਿੱਤਾ, ਮੇਰੀਆਂ ਭੈਣਾਂ ਨੇ, ਮੇਰੇ ਵੀਰਾਂ ਨੇ, ਮੇਰੇ ਬਜ਼ੁਰਗ ਸਾਹਿਬਾਨਾਂ ਨੇ, ਮੈਂ ਉਹਨਾਂ ਨੂੰ ਇਹ ਵਧਾਈਆਂ ਦਿੰਦਾ ਜੀ ਜੋ ਕਿ ਇਹ ਟਿਕਟ ਮੈਨੂੰ ਦਿੱਤੀ ਗਈ ਆ ਹਲਕਾ ਨਕੋਦਰ ਤੋਂ ਆਪਣਾ ਪੰਜਾਬ ਪਾਰਟੀ ਨੇ, ਅਤੇ ਮੈਂ ਇਹ ਵਿਸ਼ਵਾਸ ਦਵਾਉਂਦਾ ਵਾਂ ਆਪਣੇ ਹਲਕਾ ਨਕੋਦਰ ਵਾਲੇ ਵੀਰਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਅਤੇ ਨੌਜਵਾਨਾਂ ਨੂੰ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ, ਬੱਚਿਆਂ ਦੀ ਵਧੀਆ ਪੜ੍ਹਾਈ ਹੋਣੀ ਚਾਹੀਦੀ ਆ, ਨੌਜਵਾਨਾਂ ਦੀ ਪੜ੍ਹਾਈ, ਸਾਡੀਆਂ ਬੱਚੀਆਂ ਦੀ, ਸਾਡੀਆਂ ਧੀਆਂ ਦੀ ਪੜ੍ਹਾਈ ਹੋਣੀ ਚਾਹੀਦੀ ਆ, ਇਹ ਸਾਡਾ ਉਪਰਾਲਾ ਵਾ, ਅਤੇ ਇਹਨਾਂ ਨੌਜਵਾਨਾਂ ਨੂੰ ਵਧੀਆ ਸਟਾਰ ਖਿਡਾਰੀ ਬਣਾਉਣਾ ਜੀ, ਸਟਾਰ ਭਲਵਾਨ ਬਣਾਉਣਾ ਵਧੀਆ, ਅਤੇ ਸਾਡੇ ਦੇਸ਼ ਦਾ, ਸਾਡੇ ਪੰਜਾਬ ਦਾ ਨਾਮ ਓਲੰਪਿਕ ਦੀਆਂ ਖੇਡਾਂ ਤੱਕ ਉੱਚਾ ਕਰ ਲਏ, ਇਹੀ ਸਾਡੀ ਬੇਨਤੀ ਹੈ ਜੀ, ਸਾਡਾ ਮੇਰੀ ਸੋਚਣੀ ਇਹੀ ਹੈ ਜੀ। ਬਾਕੀ ਸਾਡੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਵਾਂਗੇ ਜੀ, ਉਹਨਾਂ ਦੀਆਂ ਮੰਗਾਂ, ਉਹਨਾਂ ਦੀਆਂ ਸਮੱਸਿਆਵਾਂ ਸੁਣਾਂਗੇ ਅਤੇ ਬਾਕੀ ਸਾਡੇ ਜੋ ਵੀ ਇਲਾਕੇ ਦੇ ਵਿਕਾਸ ਦੇ ਕੰਮ ਆ ਅਤੇ ਉਹ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਾਂਗੇ ਕਿ ਇਹ ਵਿਕਾਸ ਦੇ ਕੰਮ ਹੋਣੇ ਚਾਹੀਦੇ ਆ, ਅਤੇ ਇਹੀ ਸਾਡੀ ਇੱਕ ਸੋਚ ਵਾ ਜੀ, ਇਸ ਕਰਕੇ ਆਪਣਾ ਪੰਜਾਬ ਪਾਰਟੀ ਅਸੀਂ ਚੁਣੀ।